ਅਸਲਾਮ ਅਲੈਕਮ ਜੀ। ਗੁਜਰਾਂਵਾਲੇ ਦੀ ਇੱਕ ਖਬਰ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ। ਬੜੀ ਇੱਕ ਦੁੱਖ ਵਾਲੀ ਖਬਰ ਹੈ ਕਿ ਜਦੋਂ ਉੱਥੇ ਇੱਕ ਲੱਦੇਵਾਲਾ ਵਿੱਚ ਇੱਕ ਬਰਾਤ ਆਉਂਦੀ, ਇੱਕ ਦੋ ਭੈਣਾਂ ਜਿਹੜੀਆਂ ਦੁਲਹਨ ਦੀਆਂ ਦੋ ਭੈਣਾਂ, ਉਹ ਕਿਵੇਂ ਰੱਬ ਨੂੰ ਪਿਆਰੀਆਂ ਹੋ ਜਾਂਦੀਆਂ ਨੇ, ਸਮਝੋ ਕਿ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ। ਕੀ ਸਾਰਾ ਮਾਮਲਾ ਬਣਿਆ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਮੈਂ। ਵੇਖਣਾ ਕਿ ਤੁਸੀਂ ਦੁਨੀਆ ਕਿਵੇਂ ਜਿਹੜੀ ਉਹ ਜ਼ੁਲਮ ਕਰਦੀ। ਖੁਦਾਰਾ ਜੀ ਇੰਨੇ ਪੈਸੇ ਦਿੱਤੇ ਤੇ ਇਹੋ ਜਿਹੇ ਖੁਸ਼ੀਆਂ ਦੇ ਲਮਹਾਤ ਜਦੋਂ ਆਉਂਦੇ ਨੇ ਨਾ, ਉਦੋਂ ਦਿਲ ਛੋਟੇ ਨਾ ਕਰਿਆ ਕਰੋ। ਕਿਸੇ ਦੀ ਜਾਨ ਲੈਣ ਲੱਗਿਆ ਥੋੜਾ ਜਿੰਨਾ ਸੋਚਿਆ ਵੀ ਕਰੋ, ਰੱਬ ਤੋਂ ਡਰਿਆ ਕਰੋ। ਲੱਦੇਵਾਲਾ ਵੜਾਏ ਚ ਜਿਹੜਾ ਨਾ ਉਹ ਇਲਾਕੇ ਦਾ ਉੱਥੋਂ ਦਾ ਇਹ ਵਾਕਿਆ ਹੈ। ਰੋਹੀ ਵਾਲਾ ਗਾਲਬਨ ਰੋਹੀ ਵਾਲਾ ਕੋਈ ਇਲਾਕੇ ਦਾ ਨਾਂ ਹੈ ਕਿ ਜਿੱਥੋਂ ਦੇ ਮੁਹੰਮਦ ਰਿਜ਼ਵਾਨ ਸਾਹਿਬ ਮਿਹਨਤ ਕਸ਼, ਉਹਨਾਂ ਦੀ ਧੀ ਜਿਹੜੀ ਉਹਦਾ ਵਿਆਹ ਹੁੰਦਾ। ਬਰਾਤ ਆਉਣੀ ਹੁੰਦੀ ਇਹ ਕਿਲਾ ਦੀਦਾਰ ਸਿੰਘ ਤੋਂ। ਹੁਣ ਜਿਸ ਘੜੀ ਬਰਾਤ ਅੱਪੜਦੀ ਹੈ ਨਾ ਗੁਜਰਾਂ ਵਾਲੇ ਇੱਥੇ ਮੈਰਿਜ ਹਾਲ ਵਿੱਚ, ਤੋ ਤੁਹਾਨੂੰ ਪਤਾ ਹੈ ਕਿ ਲਾਗ ਇੱਕ ਰਸਮਾਂ ਹੁੰਦੀਆਂ ਨੇ ਜਿਹੜੀਆਂ ਉਹ ਦੀਨ ਵਿੱਚ ਤਾਂ ਖੈਰ ਨਹੀਂ, ਲੇਕਿਨ ਇਸ ਇਲਾਕੇ ਦੀਆਂ, ਇਸ ਮਿੱਟੀ ਦੀਆਂ, ਧਰਤੀ ਦੀਆਂ, ਯਾਨੀ ਕਿ ਹਰ ਕਲਚਰ ਦੇ ਵਿੱਚ ਉਹ ਕੁਝ ਰਸਮੋ ਰਿਵਾਜ਼ ਪਾਏ ਜਾਂਦੇ ਨੇ। ਉੱਥੇ ਇੱਕ ਰਸਮ ਹੁੰਦੀ ਹੈ ਕਿ ਜਦੋਂ ਮੈਰਿਜ ਹਾਲ ਦੇ ਅੰਦਰ ਦਾਖਲ ਹੋਣਾ ਨਾ ਦੂਲੇ ਨੇ, ਬਰਾਤੀਆਂ ਨੇ, ਤੋ ਉੱਥੇ ਕੁੜੀਆਂ ਕੁਝ ਆਪਣਾ ਦੁਪੱਟਾ ਵਗੈਰਾ ਨਾ ਲੀੜਾ ਜਿਹਾ ਲੈ ਕੇ ਤੇ ਖਲੋਂਦੀਆਂ ਨੇ, ਤੋ ਆਉਂਦੀਆਂ ਨੇ ਚਾਹ, ਇੱਕ ਚਾਹ ਹੁੰਦੇ ਨੇ ਨਾ ਦੁਲਹਨ ਦੀਆਂ ਜਿਹੜੀਆਂ ਸਹੇਲੀਆਂ ਕਜ਼ਨਾਂ ਹੁੰਦੀਆਂ ਨੇ ਉਹ ਖਲੋਤੀਆਂ ਹੁੰਦੀਆਂ ਨੇ, ਉਹ ਆਉਂਦੀਆਂ ਨੇ ਕਿ ਸਾਨੂੰ ਲਾਗ ਦਵੋ ਤੇ ਫਿਰ ਤੁਹਾਨੂੰ ਅਸੀਂ ਅੰਦਰ ਵੜਨ ਦੇਣਾ। ਹੁੰਦਾ ਐਵੇਂ, ਬੜੇ ਲਾਗ ਹੁੰਦੇ ਨੇ ਤੁਹਾਨੂੰ ਪਤਾ, ਵਿਆਹਾਂ ਸ਼ਾਦੀਆਂ ਵਿੱਚ ਤੇ ਪਿਆਰ ਚਾਹ ਵਾਲੀਆਂ ਸਾਰੀਆਂ ਚੀਜ਼ਾਂ ਖੁਸ਼ੀਆਂ ਦੇ ਮੌਕੇ ਹੁੰਦੇ ਨੇ। ਚਲੋ ਜੀ, ਜਦੋਂ ਇਹ ਬਰਾਤ ਅੰਦਰ ਵੜਨ ਲੱਗਦੀ ਹੈ ਤਾਂ ਕੁੜੀਆਂ ਦੁਪੱਟਾ ਤਾਣਿਆ ਤੋਂ ਲਾਗ ਮੰਗਦੀਆਂ ਨੇ, ਉੱਥੇ ਲਾਗ ਦੇਣ ਤੋਂ ਰੌਲਾ ਬਣ ਜਾਂਦਾ। ਉਹ ਅੱਲਾ ਦੇ ਉਹ ਬੰਦੇ ਹੋ ਤੁਸੀਂ, ਲੱਖਾਂ ਰੁਪਈਆ ਉੱਥੇ ਖੁਸਰੇ ਵੀ ਨਚਾਏ ਹੋਣੇ ਨੇ, ਇੰਨੀਆਂ ਵੇਲਾਂ ਤੇ ਬੜਾ ਕੁਝ ਤੁਸੀਂ ਆਪਣੇ ਘਰ ਕੀਤਾ ਹੋਣਾ, ਢੋਲ ਤਮਾ ਹਰ ਚੀਜ਼ ਹੋਈ ਹੋਣੀ, ਹਜ਼ਾਰਾਂ ਲੱਖਾਂ ਰੁਪਈਆ ਤੁਸੀਂ ਜ਼ਾਇਆ ਕੀਤਾ ਲਾਇਆ, ਤੇ ਜੇ ਕੀ ਹੋ ਜਾਂਦਾ ਜੇ ਦੁਲਹਨ ਦੀਆਂ ਭੈਣਾਂ ਸਾਲੀਆਂ ਨੂੰ ਜਾਂ ਕਜ਼ਨਾਂ ਨੂੰ ਜਿਹੜੇ ਥੋੜਾ ਬਿਨਾ ਇਹਨਾਂ ਨੂੰ ਖੁਸ਼ ਕਰਨ ਵਾਸਤੇ ਖੁਸ਼ੀ ਦੇ ਲਮਹਾਤ ਨੇ ਨਾ, ਜੇ ਦੋ ਚਾਰ ਹਜ਼ਾਰ ਪੰਜ ਦਸ ਹਜ਼ਾਰ ਦੇਣਾ ਵੀ ਪੈ ਜਾਏ ਤਾਂ ਕਿਹੜੀ ਮੌਤ ਪੈ ਚਲੀ ਤੁਹਾਨੂੰ। ਖੈਰ ਉੱਥੇ ਜਦੋਂ ਇਹ ਗੱਲਬਾਤ ਹੁੰਦੇ ਆ ਨਾ, ਜਿਹੜੇ ਦੁੱਲੇ ਦੇ ਨਾਲ ਭਰਾ ਕਜ਼ਨ ਹੁੰਦੇ ਨੇ ਉਹ ਬਿਫਰ ਖਲਾਉਂਦੇ ਨੇ, ਅਸੀਂ ਨਹੀਂ ਦੇਣੇ, ਯੇ ਹੋ ਗਿਆ, ਵੋ ਹੋ ਗਿਆ, ਰੌਲਾ ਬਣ ਜਾਂਦਾ। ਜਦੋਂ ਤਨਾਜ਼ਾ ਬਣਦਾ ਨਾ ਤੇ ਉਹ ਕੁੜੀਆਂ ਨੂੰ ਧੱਕੇ ਮਾਰਦੇ ਨੇ, ਅਸਾਂ ਧੱਕੇ ਮਾਰ ਕੇ ਅੰਦਰ ਵੜਦੇ ਨੇ। ਇੱਥੋਂ ਫਿਰ ਜ਼ਾਹਰੀ ਗੱਲ ਹੈ ਜਿਹੜੇ ਕਿ ਬਰਾਤ ਵਾਲੇ ਆਪਣਾ ਕੁੜੀ ਵਾਲੇ ਪਾਸੇ ਮੁੰਡੇ ਨੇ ਉਹ ਵੀ ਤੈਸ਼ ਵਿੱਚ ਆ ਜਾਂਦੇ ਨੇ, ਕੋਈ ਤਰੀਕਾ ਹੁੰਦਾ, ਤੁਸੀਂ ਇਹ ਕੀ ਕਰਨ ਡੇ। ਖੈਰ ਇਹ ਹੱਥੋਂ ਪਾਈ ਜਿਹੜੀ ਨੇ ਇਹਨਾਂ ਦੀ ਲੜਾਈ ਹੋ ਜਾਂਦੀ ਹੈ। ਜਦੋਂ ਲੜਾਈ ਹੁੰਦੀ ਹੈ ਨਾ ਤੇ ਇਹ ਲੜਾਈ ਝਗੜੇ ਦੇ ਵਿੱਚ ਹੀ ਜਿਹੜੀ ਦੁਲਹਨ ਦੀ ਨਿੱਕੀ ਭੈਣ ਹੈ ਨਾ, ਉਹ ਚੰਦ ਸਾਲਾਂ ਦੀ ਸੀ, ਲਾਇਬਾ ਉਹਦਾ ਨਾਂ, ਉਹ ਕਿਸੇ ਜਨਾਨੀ ਦੇ ਹੱਥੋਂ ਡਿੱਗ ਪੈਂਦੀ ਹੈ ਇਸ ਰੌਲੇ ਵਿੱਚ ਤੇ ਉਹ ਧੱਕਮ ਪੇਲ ਦੇ ਵਿੱਚ ਜਦੋਂ ਡਿੱਗਦੀ ਹੈ ਤੇ ਉਹ ਪੈਰਾਂ ਹੇਠ ਆ ਕੇ ਉਹ ਰੱਬ ਨੂੰ ਵਿਚਾਰੀ ਪਿਆਰੀ ਹੋ ਜਾਂਦੀ। ਤੁਹਾਡੀ ਮਾਸਾ ਸਾਰੀ ਗਲਤੀ ਦੇ ਵਿੱਚ ਵੇਖੋ ਤੁਸੀਂ, ਇੱਕ ਮਾਸੂਮ ਦੀ ਜਾਨ ਟੁਰ ਗਈ, ਤੁਹਾਨੂੰ ਹੈ ਕਿਸੇ ਨੂੰ ਪਰਵਾਹ ਇਸ ਚੀਜ਼ ਦੀ। ਉਹਨੂੰ ਜਦੋਂ ਫੌਰੀ ਹਸਪਤਾਲ ਖੜਿਆ ਜਾਂਦਾ ਨਾ ਤੇ ਜਦੋਂ ਦੁਲਹਨ ਦੀ ਵੱਡੀ ਭੈਣ ਨੂੰ ਪਤਾ ਲੱਗਦਾ ਕਿ ਮੇਰੀ ਨਿੱਕੀ ਭੈਣ ਜਿਹੜੀ ਉੱਥੇ ਜਾ ਕੇ ਤੇ ਉਹ ਫੌਤ ਹੋ ਗਈ ਹੈ, ਇਹ ਸਦਮਾ ਦੁਲਹਨ ਦੀ ਵੱਡੀ ਭੈਣ ਬਰਦਾਸ਼ਤ ਨਹੀਂ ਕਰਦੀ, ਉਹ ਵੀ ਰੱਬ ਨੂੰ ਪਿਆਰੀ ਹੋ ਜਾਂਦੀ। ਹੁਣ ਮੁਕੱਦਮਾ ਤੇ ਦਰਜ ਹੋ ਗਿਆ, ਪੰਜ ਬੰਦੇ ਸੁਣਿਆ ਪੁਲਿਸ ਨੇ ਗ੍ਰਿਫਤਾਰ ਕਰ ਲਏ। ਇਹ ਵੇਖੋ ਖਬਰ ਹੈ ਜਿਨ੍ਹਾਂ ਦੀ, ਆਪਣਾ ਅਖਬਾਰ ਦੀ, ਕੱਲ੍ਹ ਦੀ ਹੈ, ਕੱਲ੍ਹ 25 ਜੂਨ ਦੀ ਹੈ ਖਬਰ ਹੈ ਜੀ, ਮੰਗਲ ਵਾਲੇ ਦਿਹਾੜ ਦੀ। ਇਹਦੇ ਵਿੱਚ ਸਾਨੂੰ ਸਬਕ ਜਿਹੜਾ ਮਿਲਦਾ ਨਾ ਕਿ ਖੁਦਾਰਾ ਜਿੱਥੇ ਤੁਸੀਂ ਲੱਖਾਂ ਰੁਪਈਏ ਲਾਉਂਦੇ ਨਾ, ਉੱਥੇ
ਠੀਕ ਹੈ, ਬਸ ਪਹਿਲੇ ਨੰਬਰ 'ਤੇ ਤਾਂ ਚੀਜ਼ਾਂ ਹੈ ਹੀ ਨਹੀਂ ਇਸਲਾਮ ਵਿੱਚ, ਲੇਕਿਨ ਇਹ ਧਰਤੀ 'ਤੇ ਇੱਕ ਰਸਮੋ ਰਿਵਾਜ਼ ਨੇ। ਤਾਂ ਯਾਰ ਜਿੱਥੇ ਤੁਸੀਂ ਇੰਨੇ ਪੈਸੇ ਲਾ ਲਏ, ਉੱਥੇ ਜੇ 5-10 ਹਜ਼ਾਰ ਕਿਸੇ ਨੇ ਮੰਗ ਲਿਆ, ਤਾਂ ਕੀ ਤੁਸੀਂ ਮਰ ਚੱਲੇ ਸੋ? ਤੁਸੀਂ ਕੀ, ਮੈਂ ਕਹਿੰਦਾ ਕਿ ਕੰਗਾਲ ਹੋ ਚੱਲੇ, ਕੰਗਲੇ ਹੋ ਚੱਲੇ ਸੋ? ਫਿਰ ਉੱਤੋਂ ਤੁਸੀਂ ਉਹ ਕੁੜੀਆਂ ਨੂੰ ਧੱਕੇ ਮਾਰੇ, ਤਾਂ ਇਸ ਤਰ੍ਹਾਂ ਜਿਹੜੀ ਜ਼ੁਲਮ ਉਹ ਜ਼ਿਆਦਤੀ ਤੁਸੀਂ ਕੀਤੀ, ਜਿਹਦੇ ਕਾਰਨ ਦੋ ਭੈਣਾਂ, ਦੋ ਧੀਆਂ ਜਿਹੜੀਆਂ ਉਹ ਰੱਬ ਨੂੰ ਪਿਆਰੀਆਂ ਹੋ ਗਈਆਂ, ਉਹਨਾਂ ਵਿਚਾਰੀਆਂ ਦਾ ਕੀ ਕਸੂਰ ਸੀ? ਸੋਚੋ ਤੁਸੀਂ। ਲਿਹਾਜ਼ਾ ਖੁਦਾਰਾ ਇਹੋ ਜਿਹੀਆਂ ਚੀਜ਼ਾਂ ਦਾ ਇਹਤਿਆਤ ਕਰਿਆ ਕਰੋ, ਖਿਆਲ ਕਰਿਆ ਕਰੋ ਕਿ ਕਿਸੇ ਦੀ ਇਸ ਤਰ੍ਹਾਂ ਕਿਸੇ ਨੂੰ ਤਕਲੀਫ ਨਾ ਦਿੱਤੀ ਜਾਏ। ਲੇਕਿਨ ਫਿਰ ਕੀ ਹੈ ਕਿ ਉਹਨਾਂ ਨੇ ਫਿਰ ਨਿਕਾਹ ਵੀ ਨਹੀਂ ਹੋਣ ਦਿੱਤਾ। ਜ਼ਾਹਰੀ ਗੱਲ, ਉਹਨਾਂ ਦੀਆਂ ਦੋ ਧੀਆਂ ਰਿਜ਼ਵਾਨ ਵਿਚਾਰੇ ਦੀਆਂ ਟੁਰ ਗਈਆਂ, ਰੱਬ ਨੂੰ ਪਿਆਰੀਆਂ ਹੋ ਗਈਆਂ। ਫਿਰ ਨਿਕਾਹ ਨੂੰ ਉਹਨਾਂ ਕਹਿ ਜਾਓ ਤੁਸੀਂ ਦਫਾ ਹੋ ਦੇ, ਉਹ ਬਰਾਤ ਖਾਲੀ ਵਾਪਸ ਟੁਰ ਗਈ। ਕਿੰਨੀ ਬਿਸਤੀ ਹੋਈ, ਦੋ ਜਾਨਾਂ ਵੀ ਗਈਆਂ, ਲੇਕਿਨ ਤੁਹਾਡੇ ਇਹ ਜਿਹੜੀ ਹੈ ਨਾ ਭੈੜੇ ਭੈੜੀ ਹਰਕਤ ਦੀ ਵਜ੍ਹਾ ਤੋਂ। ਰੱਬ ਦਾ ਨਾਂ ਜੇ, ਇਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਅਹਿਤਿਆਤ ਕਰਿਆ ਕਰੋ। ਅੱਲਾਹ ਪਾਕ ਸਾਨੂੰ ਸਭ ਨੂੰ ਇਸਲਾਮ ਅਤੇ ਸ਼ਰੀਅਤ 'ਤੇ ਚੱਲਣ ਦੀ ਤੌਫੀਕ ਦੇ, ਅਤੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਰਹਿਣ ਦੀ ਤੌਫੀਕ ਦੇ, ਜ਼ੁਲਮ ਉਹ ਜ਼ਿਆਦਤੀ ਤੋਂ ਰੱਬ ਸੋਨਾ ਬਚਾਏ।